ਸਿੱਧੂ ਪੰਜ ਗ੍ਰਾਈ ਕਲਾਂ ਦੇ ਕਬੱਡੀ ਕੱਪ ਨਾ ਆਉਂਦੇ 10 ਜਨਵਰੀ ਨੂੰ ਖੁੱਲੀਆਂ ਡੇਟਾਂ ਦੱਸ ਕੇ ਦਰਸ਼ਕ ਵੀਰਾਂ ਨੂੰ ਕਹਿੰਦੇ ਨੇ ਉੱਥੇ ਵੀ ਪੁੱਜਣਾ ਉੱਥੇ ਵੀ ਜਿਹੜੀਆਂ ਵੱਡੀਆਂ ਰੌਣਕਾਂ ਦੇ ਵਿੱਚ ਵਾਧੇ ਕਰਨੇ ਨੇ ਐਵੇਂ ਨਹੀਂ ਸਿਵਟ ਗੱਡੀਆਂ ਵੱਡੀਆਂ ਜਾਣੀਆਂ ਐਵੇਂ ਨਹੀਂ ਜਿਹੜੇ ਮੋਟਰਸਾਈਕਲਾਂ ਦੀ ਗੱਲ ਹੋਣੀ ਆਹ ਦੇਖ ਲੈ ਅਗਲੀ ਕਬੱਡੀ ਬੱਲੀ ਪਾਉਣ ਦੇ ਲਈ ਚੱਲਦਾ ਹੋਇਆ ਚੱਲ ਨਾ ਜੁਨ ਪਾ ਕਬੱਡੀਆਂ ਇਸ ਤੋਂ ਅਗਲਾ ਮੈਚ ਜਿਹੜਾ ਹੋਵੇਗਾ ਦਾਉਦਰ ਤੇ ਪੜਾਣੇ ਦਾ ਦਾਉਦਰ ਤੇ ਪੜਾਣੇ ਦਾ ਮੁਕਾਬਲਾ ਹੋਵੇਗਾ ਇਹ ਦੋਵੇਂ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਪੁੱਜ ਜਾਣ ਦਾਉਦਰ ਤੇ ਪੜਾਣਾ ਕਾਲਾ ਨੌਹਾਂ ਹਲਕੜਾ ਪਿੰਡ ਹੈ ਮੇਰੇ ਵੀਰਿਓ ਜੋ ਗੱਲ ਕਰੀਏ ਬਰਨਾਲੇ ਜ਼ਿਲ੍ਹੇ ਦੀ ਬਿਲਕੁਲ ਜੰਗਲ ਦੇ ਲਾਗੇ ਤਾਗੇ ਦੌਲੀ ਵਰਗਿਆਂ ਦਾ ਪਿੰਡ ਆਹ ਹਲਕੜੇ ਦੀ ਧਰਤੀ ਦਾ ਘੋੜਾ ਅਗਲੀ ਕਬੱਡੀ ਪਾਉਣ ਦੇ ਲਈ ਬੋਰਡ ਲੰਡਿਆਂ ਦੀ ਧਰਤੀ ਹੈ ਅੰਗਰੇਜ਼ ਲੰਡਿਆਂ ਵਾਲਾ ਸਾਹਮਣੇ ਮੈਂ ਦੇਖਦਾ ਵੀ ਦੁਨੀਆਂ ਦਾ ਮਹਾਨ ਜਾਫੀ ਲੰਡਿਆਂ ਵਾਲਾ ਜੰਟਾ ਕਦੇ ਬਦੋਵਾਲ ਦੇ ਕਬੱਡੀ ਕੱਪ ਤੇ ਨੈਨੋ ਗੱਡੀ ਜਿੱਤ ਕੇ ਇਸ ਇਲਾਕੇ ਦਾ ਇਹਨੇ ਨਾਂ ਰੋਸ਼ਨ ਕੀਤਾ ਜਾਂ ਪਿੰਡਰਾਂ ਦੇ ਕਬੱਡੀ ਕੱਪ ਦੇ ਉੱਤੇ ਅੱਠ ਅੱਠ ਜੱਫੇ ਲਾ ਕੇ ਇਸ ਨੌਜਵਾਨ ਨੇ ਪੱਤੋ ਹੀਰਾ ਸਿੰਘ ਕਬੱਡੀ ਕਲੱਬ ਨੂੰ ਕਹਿੰਦੇ ਨੇ ਵਿਨਰ ਬਣਾ ਦਿੱਤਾ ਅੱਜ ਬਹੁਤ ਵਧੀਆ ਜੱਫੇ ਲਾਉਂਦਾ ਹੋਇਆ ਪਰ ਵਰਿੰਦਰ ਪਿਛਲੇ ਸੀਜ਼ਨ ਦੀਆਂ ਕਹਿੰਦੇ ਨੇ ਓਪਨ ਕਬੱਡੀਆਂ ਦਾ ਬਿਲਿਆ ਟੌਪ ਦਾ ਰੇਡਰ ਆਹ ਲਿਖ ਲੈ ਲੰਡਿਆਂ ਦੀ ਧਰਤੀ ਦੇ ਵਰਿੰਦਰ ਦੇ ਨਾਲ ਮੁਕਾਬਲਾ ਜਸਵੀਰ ਸਿੰਘ ਅਲਕੜੇ ਵਾਲੇ ਦਾ ਹੋ ਗਿਆ ਪਰ ਅੰਕ ਧਾਵੀ ਦੇ ਹਿੱਸੇ ਅਸ਼ੋਕ ਸਿੰਘ ਨਾ ਉਸ ਖਿਡਾਰੀ ਦਾ ਕੌਡੀ ਪਾਉਣ ਤੋਂ ਪਹਿਲਾਂ ਮੱਥਾ ਟੇਕ ਲਿਆ ਐਵੇਂ ਨਹੀਂ ਹਾਂਗਕਾਂਗ ਵਾਲਾ ਅਵਤਾਰ ਕੁਝ ਸੋਚਾਂ ਦੇ ਵਿੱਚ ਪੈਂਦਾ ਮੱਥੇ ਦੇ ਉੱਤੇ ਕੁਝ ਨਾ ਕੁਝ ਬੇਅੰਤ ਨੇ ਪੂੰਝਿਆ ਕਹਿੰਦੇ ਨੇ ਢਾਕਾਂ ਦੇ ਉੱਤੇ ਹੱਥ ਨਹੀਂ ਰੱਖੇ ਬਾਹਾਂ ਕਸ਼ਾਂ 'ਚ ਲੈ ਲਈਆਂ ਨੇ ਯੋਧੇ ਨੇ ਕੁਝ ਨਾ ਕੁਝ ਲਿਖੇਗਾ ਕੀ ਲਿਖੇਗਾ ਕਿ ਲੰਡਿਆਂ ਵਾਲੇ ਜੰਟੇ ਨੇ ਹਟਾ ਕੇ ਧਾਕ ਜਮਾ ਦਿੱਤੀ ਖੇਡ ਕਬੱਡੀ ਵਿੱਚ ਯਾਰੋ ਖਮੋਸ਼ੀ ਛਾ ਦਿੱਤੀ ਪਾਸੇ ਅੰਕ ਹੈ ਖਿਡਾਰੀ ਦਾ ਲੰਡਿਆਂ ਵਾਲੇ ਜੰਟੇ ਸਿੰਘ ਦਾ ਚੱਲ ਨੌਜਵਾਨਾਂ ਪਾ ਕਬੱਡੀਆਂ ਅੱਜ ਜਿਵੇਂ ਕਹਿੰਦੇ ਨੇ ਕੋਈ ਟਰੱਕ ਦੇ ਉੱਤੇ ਕੋਈ ਗੱਡੀ ਦੇ ਉੱਤੇ ਕੋਈ ਸਾਈਕਲ ਦੇ ਉੱਤੇ ਕੋਈ ਮੋਟਰਸਾਈਕਲ ਦੇ ਉੱਤੇ ਕੋਈ ਟਰੈਕਟਰਾਂ ਦੇ ਉੱਤੇ ਕਿਸੇ ਨੂੰ ਮੇਰੇ ਵੀਰੋ ਕਲੱਬ ਦੇ ਲਾਈਆਂ ਹੋਏ ਵਹੀਕਲਾਂ ਨੇ ਚੱਕ ਕੇ ਲੈਂਦਾ ਹੈ ਸਾਰੇ ਦਰਸ਼ਕਾਂ ਨੇ ਇੱਥੇ ਆ ਕੇ ਜਿਹੜੇ ਰੌਣਕਾਂ ਦੇ ਵਿੱਚ ਵਾਧੇ ਕਰ ਦਿੱਤੇ ਨੇ ਔਰ ਵੱਡੇ ਵੀਰ ਹੱਡਾਂ ਪੈਰਾਂ ਦਾ ਕੋਈ ਸਿਆਣਾ ਅੰਗਾਂ ਪੈਰਾਂ ਦਾ ਕੋਈ ਸਿਆਣਾ ਇੱਥੇ ਹੈ ਤਾਂ ਉਹ ਕਿਰਪਾ ਕਰਕੇ ਮੋਢਾ ਲੈ ਗਿਆ ਖਿਡਾਰੀ ਦਾ ਗਰਾਊਂਡ ਦੇ ਵਿੱਚ ਆ ਜਾਵੇ ਧੰਨਵਾਦ ਹੋਵੇਗਾ ਬਿੰਦਰ ਜੀ ਬਿੰਦਰ ਜੀ ਅੰਗਾਂ ਪੈਰਾਂ ਦਾ ਕੋਈ ਸਿਆਣਾ ਗਰਾਊਂਡ ਦੇ ਵਿੱਚ ਜ਼ਰੂਰ ਪਹੁੰਚਦਾ ਕਰ ਦਿਓ ਡਾਕਟਰ ਜਗਦੀਪ ਜੀ ਕੋਲੇ ਪੁੱਜ ਜਾਓ ਦਾਉਦਰ ਤੇ ਪੜਾਣਾ ਦਾਉਦਰ ਤੇ ਪੜਾਣਾ ਅਗਲੇ ਮੁਕਾਬਲੇ ਦੇ ਲਈ ਗਰਾਊਂਡ 'ਚ ਆ ਜਾਣ ਦਾਉਦਰ ਤੇ ਪੜਾਣਾ ਅਲਕੜੇ ਦਾ ਘੋੜਾ ਖੇਡ ਕਬੱਡੀ ਵਿੱਚ ਭੋਰਾ ਅੱਜ ਜਾਂਟੇ ਮੂਹਰੇ ਚੱਲ ਕੇ ਦਿਖਾਵੇਗਾ ਖੇਡ ਕਬੱਡੀ ਵਿੱਚ ਨਾਉ ਚਮਕਾਵੇਗਾ ਖੇਡ ਕਬੱਡੀ ਵਿੱਚ ਨਾਉ ਚਮਕਾਵੇਗਾ ਇੱਕ ਅੰਕ ਜਿਹੜਾ ਅਲਕੜੇ ਪਿੰਡ ਦੇ ਘੋੜੇ ਦੇ ਹਿੱਸੇ ਦੇ ਹੋਇਆ ਘੋੜਾ ਮੇਰੇ ਵੀਰੋ ਵਿਰਕਾਂ ਵਾਲਾ ਜਾਂ ਭਾਈ ਰੂਪੇ ਦੀ ਧਰਤੀ ਦੇ ਇਹ ਮਹਾਨ ਖਿਡਾਰੀ ਨੇ ਇਹ ਘੋੜਾ ਜਿਵੇਂ ਗੱਲ ਕਰੀਏ ਤਾਂ ਅਲਕੜਿਆਂ ਦੀ ਧਰਤੀ ਦਾ ਅੰਕ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਹੋਇਆ ਦਾ ਵਰਿੰਦਰ ਨਾਮ ਇਸ ਖਿਡਾਰੀ ਦਾ ਇਹ ਵਰਿੰਦਰ ਇੱਕ ਦਾਉਦਰ ਦੀ ਧਰਤੀ ਦਾ ਵਰਿੰਦਰ ਦਾਉਦਰ ਤੇ ਪੜਾਣਾ ਅਗਲੇ ਮੈਚ ਦੇ ਲਈ ਗਰਾਊਂਡਾਂ ਦੇ ਵਿੱਚ ਟੀਮਾਂ ਜਿਹੜੀਆਂ ਪੁੱਜ ਜਾਣ ਦਾਉਦਰ ਤੇ ਪੜਾਣਾ ਅਗਲੇ ਮੁਕਾਬਲੇ ਦੇ ਲਈ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਪੁੱਜ ਜਾਣ ਜਲੰਧਰ ਕਹਿੰਦਾ ਮੇਜਰ ਤਾਂ ਹੀ ਬਹਿ ਜਾ ਮੈਚ ਵੇਖ ਕੇ ਜਾਈ ਲੋਕੀ ਡਟ ਕੇ ਥਾਈ ਤਾਈ ਚੱਲ ਪਿਆ ਪੇੜ ਹੈ ਸਾਨਾਂ ਦਾ ਕਿਹੜਾ ਕੱਪ ਲਜਾਂਦਾ ਚੁੱਕ ਗਿਆ ਅੱਜ ਲੱਗ ਜੂ ਨਿਰਪੈਸਾ ਪਤਾ ਜਵਾਨਾਂ ਦਾ ਕਿਹੜਾ ਕੱਪ ਲਜਾਂਦਾ ਚੁੱਕ ਗਿਆ ਅੱਜ ਲੱਗ ਜੂ ਨਿਰਪੈਸਾ ਪਤਾ ਜਵਾਨਾਂ ਦਾ ਮਾਂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਅਸ਼ੋਕ ਸਿੰਘ ਨਾਉ ਇਸ ਖਿਡਾਰੀ ਦਾ ਇੱਕ ਅੰਕ ਜਿਹੜਾ ਅਲਕੜੇ ਪਿੰਡ ਦੇ ਲਈ ਬਰਨਾਲੇ ਜ਼ਿਲ੍ਹੇ ਦੇ ਲਈ ਜੁੜਦਾ ਹੋਇਆ ਜਿੱਥੇ 41,000 ਦੇ ਵੱਡੇ ਯੋਗਦਾਨ ਲਖਵਿੰਦਰ ਸਿੰਘ ਜੀ ਹੋਰਾਂ ਨੇ ਕੈਨੇਡਾ ਵਾਲਿਆਂ ਨੇ ਦਿੱਤੇ ਉੱਥੇ ਪੰਜਾਬ ਲਾਈਵ ਪੰਜਾਬ.com ਦੇ ਉੱਤੇ ਚੱਲ ਰਿਹਾ ਇਹ ਕਬੱਡੀ ਦਾ ਮਹਾਨ ਮੁਕਾਬਲਾ ਇਹ ਉਸ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਯਾਦ ਦੇ ਵਿੱਚ ਅੱਜ ਦੁਨੀਆਂ ਪਰ ਦੇਖ ਦੁਨੀਆਂ ਦੇਖ ਰਹੀ ਹੈ ਕਿ ਨਿਰਪੈ ਸਿੰਘ ਵਰਗਿਆਂ ਨੇ ਵੱਡੇ ਯੋਗਦਾਨ ਦਿੱਤੇ ਕਹਿੰਦੇ 3-3 ਲੱਖ ਰੁਪਏ ਆਪਣੇ ਵਿੱਤੀ ਕਹਿੰਦੇ ਨੇ ਫੰਡ ਦੇ ਵਿੱਚੋਂ ਟੂਰਨਾਮੈਂਟ ਦੇ ਲਈ ਦਿੱਤੇ ਤੇ ਆਹ ਤਾਂਹੀਓ ਜਿਹੜੇ ਨੇਪਰੇ ਚੜ ਰਹੇ ਨੇ ਇਹ ਮਹਾ ਮੁਕਾਬਲੇ ਲਾਟਾਂ ਵਾਲਾ ਵੀਰ ਇਲੈਕਟ੍ਰੀਸ਼ਨ ਵੀਰ ਜਿੱਥੇ ਵੀ ਆਵਾਜ਼ ਨੂੰ ਕੀਤੇ ਵੀਰ ਦੇ ਨਾਲ ਕੰਟੈਕਟ ਦੇ ਵਿੱਚ ਆ ਜੇ ਅਜਮੇਰ ਸਿੰਘਾ ਨੌਜਵਾਨਾਂ ਵੀ ਤੇਰਾ ਪਿੰਡ ਨੇੜੇ ਹੈ ਆਓ ਦੇਖ ਲੈ ਵੀ ਮਾਲ ਖੇਡ ਕਬੱਡੀ ਦੇ ਵਿੱਚ ਭੈਣੀ ਵਾਲੇ ਜਸਵੀਰ ਦੀ ਗੱਲ ਜਾਂ ਰੇਸ਼ਮ ਫੂਲੇ ਵਾਲੀ ਆ ਲੰਗੇੜੀਆਂ ਗੁਰਜੀਤ ਸਿੰਘ ਆਓ ਦੇਖ ਲੈ ਵੀ ਤੇਰੇ ਪਿੰਡ ਵਾਲੇ ਨੌਜਵਾਨ ਨੇ ਲਿਖ ਦੇਣਾ ਕਿ ਜੰਟੇ ਨੇ ਇੱਕ ਹੋਰ ਜਫਾ ਜਿਹੜਾ ਲਾ ਦਿੱਤਾ ਘੋੜੇ ਨੂੰ ਐਨ ਕਮਾਲ ਦਾ ਜਫਾ ਚੱਲ ਗੱਭਰੂਆ ਪਾ ਕਬੱਡੀਆਂ ਇੱਕ ਪਾਸੇ ਜਿਵੇਂ ਕਹਿੰਦੇ ਨੇ ਵੀ ਨਾ ਗੋਲਫ ਨਾ ਕ੍ਰਿਕਟ ਸਾਡੀ ਖੇਡ ਕਬੱਡੀ ਹੈ ਇੰਗਲੈਂਡ ਕੈਨੇਡਾ ਅਮਰੀਕਾ ਹਰਤਾ ਚੰਡੀਗੜ੍ਹੀ ਹੈ ਖੇਡ ਗਿਆ ਹਰਜੀਤ ਬਣ ਜਿੰਦ ਜਾਣ ਪੰਜਾਬੀ ਦਾ ਓਏ ਅਸੀਂ ਵਾਸੀ ਪੰਜਾਬ ਦੇ ਆ ਤੇ ਸਾਨੂੰ ਮਾਣ ਪੰਜਾਬੀ ਦਾ ਅਸੀਂ ਵਾਸੀ ਪੰਜਾਬ ਦੇ ਆ ਤੇ ਸਾਨੂੰ ਮਾਣ ਪੰਜਾਬੀ ਦਾ
ਲੰਡਿਆਂ ਵਾਲੇ ਬੱਲੀ ਨੂੰ ਮੇਰੇ ਵੀਰੋ ਅਲਕਣਿਆਂ ਵਾਲੇ ਜਸਵੀਰ ਸਿੰਘ ਨੇ ਇੱਕ ਹੋਰ ਜਫਾ ਲਾ ਕੇ ਅੰਕ ਆਪਣੀ ਚੋਟੀ ਤੇ ਪਾ ਲਿਆ ਦਾਉਦਰ ਤੇ ਪੜਾਣਾ ਜਿੱਥੇ ਦਾਉਦਰ ਤੇ ਪੜਾਣੇ ਦੀਆਂ ਟੀਮਾਂ ਦਾ ਗੱਲ ਹੋਵੇਗੀ ਉੱਥੇ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਅਲਕਣਿਆਂ ਦੀ ਧਰਤੀ ਦਾ ਅਸ਼ੋਕ ਸਿੰਘ ਫੂਲੇ ਵਾਲੀ ਆ ਰੇਸ਼ਮਾ ਲੰਘੇ ਆਣੇ ਦੀ ਧਰਤੀ ਦੇ ਗੁਰਜੀਤ ਸਿੰਘ ਆਹ ਦੇਖ ਲੈ ਵੀ ਭੈਣੀ ਵਾਲਾ ਫੌਜੀ ਤੇ ਅਜਮੇਰ ਮੇਰੇ ਵੀਰੋ ਜਿਵੇਂ ਕਹਿੰਦੇ ਨੇ ਬਈ ਇਹ ਵਿਸਲਾ ਮਾਰਦੇ ਨੇ ਜੰਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਜੰਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਮਾਂ ਖੇਡ ਲਾਈਟਾਂ ਜਿਹੜੀਆਂ ਵੱਡੇ ਵੀਰ ਪੂਰੀਆਂ ਉੱਚੀਆਂ ਕਰਕੇ ਲਾ ਦੀ ਮਾਇਕ ਜਿਹੜਾ ਅਗਲਾ ਵੀ ਪੂਰਾ ਤਗੜਾ ਹੋਵੇਗਾ ਦਰਸ਼ਕੋ ਸਾਹ ਰੋਕ ਕੇ ਦੇਖਣ ਵਾਲਾ ਹੈ ਤਾੜੀਆਂ ਮਾਰ ਦੋ ਅੱਜ ਸੰਤਾਂ ਦੇ ਨਾਂ ਦੇ ਉੱਤੇ ਜੇ ਕੌਡੀ ਚੰਗੀ ਲੱਗਦੀ ਹੈ ਦਰਸ਼ਕੋ ਤਾੜੀਆਂ ਮਾਰ ਦੋ ਜੇ ਸੰਤਾਂ ਦੇ ਨਾਂ ਦੇ ਉੱਤੇ ਕਿਆ ਬਾਤਾਂ ਨੇ ਜਿਵੇਂ ਕਹਿੰਦੇ ਨੇ ਵੀ ਜਿਹਦੇ ਨਾਂ ਤੋਂ ਦਿੱਲੀ ਕੰਬਦੀ ਹੈ ਅੱਜ ਉਹਨਾਂ ਮਹਾਨ ਸੰਤਾਂ ਦੀ ਯਾਦ ਦੇ ਵਿੱਚ ਜਿਵੇਂ ਕਹਿੰਦੇ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਉਹਨਾਂ ਦੇ ਜੱਦੀ ਪਿੰਡ ਰੋਡਾਂ ਦੀ ਧਰਤੀ ਦੇ ਅੰਦਰ ਅੱਜ ਜਿੱਤੀ ਖੇਡ ਮੇਲਾ ਤੇਜਾ ਸਿੰਘ ਬਰਾੜ ਸਪੋਰਟਸ ਕਲੱਬ ਦੇ ਯੋਗ ਉਦਮਾ ਸਦਕਾ ਕਰਵਾਇਆ ਜਾ ਰਿਹਾ ਆਹ ਦੇਖ ਲੈ ਵੀ ਕਬੱਡੀ ਪੈਂਦੀ ਆ ਅਸ਼ੋਕ ਦੀ ਇਹ ਬਰਨਾਲੇ ਜ਼ਿਲ੍ਹੇ ਦੇ ਅਲਕੜਾ ਪਿੰਡ ਦਾ ਅਸ਼ੋਕ ਕੌਡੀ ਪਾਉਣ ਦੇ ਲਈ ਮੋਗਿਆ ਜ਼ਿਲ੍ਹੇ ਦੇ ਲੰਡੇ ਪਿੰਡ ਦੇ ਜਾਂਟੇ ਦੇ ਨਾਲ ਟੱਕਰ ਲੈਂਦਾ ਹੋਇਆ ਇਹਨੂੰ ਕਹਿੰਦੇ ਆ ਜੰਟਾ ਖੇਡ ਕਬੱਡੀ ਦਾ ਅੰਤਾ ਮੇਰਾ ਅੰਤ ਕਰਾ ਦਿੰਦਾ ਹਰ ਇੱਕ ਧਾਵੀ ਨੂੰ ਆਪਣੇ ਬਾਹੂ ਬਲ ਦਾ ਜ਼ੋਰ ਵਿਖਾ ਦਿੰਦਾ ਹਰ ਇੱਕ ਧਾਵੀ ਨੂੰ ਆਪਣੇ ਬਾਹੂ ਬਲ ਦਾ ਜ਼ੋਰ ਵਿਖਾ ਦਿੰਦਾ ਲੰਡਿਆਂ ਵਾਲੇ ਜਾਂਟੇ ਦੇ ਜੱਫਿਆਂ ਦੀ ਗੱਲ ਹੋਈ ਹੈ ਮੈਚ ਦੇ ਵਿੱਚੋਂ ਕੌਣ ਜਿੱਤਿਆ ਮੈਚ ਦੇ ਵਿੱਚੋਂ ਅੰਕ ਕਿਹਦੇ ਕਿੰਨੇ ਨੇ ਸਾਡੇ 10 ਪੁਆਇੰਟ ਨੇ ਲੰਡਿਆਂ ਦੇ ਤੇ ਅਲਕੜੇ ਦੇ ਪੁਆਇੰਟ ਨੇ 10 ਤਾੜੀਆਂ ਮਾਰ ਦੋ ਤੇ ਪੁਆਇੰਟ ਦੇ ਉੱਤੇ ਲੰਡੇ ਜਿੱਤ ਗਏ ਸੋ ਤਾੜੀਆਂ ਮਾਰ ਦੋ ਨਰਪਾਲ ਸਿੰਘ ਜੀ ਅੱਜ ਖੁਸ਼ ਨੇ ਪੂਰੇ ਕਹਿੰਦੇ ਨੇ ਬਾਗੋ ਬਾਗ ਹੋ ਗਿਆ ਚਿੱਤ ਅੱਜ ਦੇਖ ਕੇ ਕਬੱਡੀ ਦਾ ਮੈਚ ਹਰ ਸੂਰਜ ਦੇਵਤਾ ਦੇਖ ਲੈ ਵੀ ਅੱਜ ਪੰਜਾਂ ਦਿਨਾਂ ਤੋਂ ਬਾਅਦ ਝਾਤੀ ਮਾਰੀ ਹੈ ਜਿਵੇਂ ਕਹਿੰਦੇ ਨੇ ਅਸਮਾਨ ਤੋਂ ਧਰਤੀ ਦੇ ਵੱਲ ਪੰਜਾਂ ਲੰਡਿਆਂ ਵਾਲੀ ਟੀਮ ਨੂੰ ਬੇਨਤੀ ਹੈ ਵੀ ਸਰਦਾਰ ਨਰਪਾਲ ਸਿੰਘ ਵੱਲੋਂ 500 ਰੁਪਇਆ ਜਿਹੜਾ ਇਨਾਮ ਦਿੱਤਾ ਜਾਂਦਾ ਉਹ ਆਪਦਾ ਆ ਕੇ ਸਟੇਜ ਤੋਂ ਲੈ ਜਾਣ ਲੰਡਿਆਂ ਵਾਲੇ ਜਿੱਥੇ ਮੁਲਾਜ਼ਮ ਵੀਰਾਂ ਨੂੰ ਵੱਡੀ ਬੇਨਤੀ ਹੈ ਕਿ ਜਾਲ ਜੋ ਲੱਗਿਆ ਹੋਇਆ ਹੈ ਇਸ ਜਾਲ ਨੂੰ ਜੋ ਥੋੜਾ ਜਿਹਾ ਧੱਕਾ ਪੈਂਦਾ ਮੈਂ ਬੇਨਤੀ ਕਰਾਂਗਾ ਵੀ ਗੇੜਾ ਜ਼ਰੂਰ ਰੱਖ ਲਓ ਦੋਸਤੋ ਸੋ ਗੇੜਾ ਜ਼ਰੂਰ ਰੱਖ ਲਓ ਮੁਲਾਜ਼ਮਾਂ ਦਾ ਕਹਿੰਦੇ ਨੇ ਭਾਇ ਹੁੰਦਾ ਸੋ ਹਰ ਇੱਕ ਦਰਸ਼ਕਾਂ ਨੂੰ ਪਰ ਮੇਰੇ ਲਈ ਰੱਬ ਦਾ ਰੂਪ ਨੇ ਦਰਸ਼ਕ ਖੇਡ ਕਬੱਡੀ ਦਾ ਇਹ ਸਰੂਪ ਨੇ ਦਰਸ਼ਕ ਜਿਹੜੇ ਤੱਕਣ ਲਈ ਇੱਥੇ ਆਉਂਦੇ ਨੇ ਖੇਡ ਕਬੱਡੀ ਦੀ ਰੌਣਕ ਆ ਦਰਸ਼ਕ ਤਾਂ ਹੀ ਵਧਾਉਂਦੇ ਨੇ ਖੇਡ ਕਬੱਡੀ ਦੀ ਰੌਣਕ ਆ ਦਰਸ਼ਕ ਵੀਰ ਵਧਾਉਂਦੇ ਨੇ ਸਟੂਡੀਓ ਨੂੰ ਮੈਂ ਬੇਨਤੀ ਕਰਦਾ ਵੀ ਡੈਕਸ ਜਿਹੜੀ ਬਾਗੇ ਵਾਲੇ ਪੁੱਜ ਦੀ ਕਰਦੇ ਵੱਡੇ ਵੀਰ 40 ਪਿੰਡਾਂ ਦੇ ਵਿੱਚ ਲਾਈਵ ਚੱਲ ਰਿਹਾ ਹੈ ਨਾਲ ਪੂਰੀ ਦੁਨੀਆਂ ਦੇ ਵਿੱਚ ਵੀ ਗੱਲ ਹੁੰਦੀ ਹੈ ਪੜਾਣੇ ਦੀ ਟੀਮ ਨੇ ਮੱਲਿਆ ਸੰਤਾਂ ਦੇ ਮਹਾਨ ਪਿੰਡ ਰੋਡਾਂ ਦੀ ਵਾਲੀ ਸਾਈਡ ਔਰ ਦੂਸਰੇ ਪਾਸੇ ਦਾਉਦਰ ਦੀ ਧਰਤੀ ਦੇ ਪਿੰਡਥੀ ਨੇ ਇੱਕ ਅੰਕ ਜੋੜ ਲਿਆ ਐਵੇਂ ਨੀ ਮੇਰੇ ਵੀਰੋ ਵੱਡੇ ਮਾਣ ਸਨਮਾਨ ਦਿੱਤੇ ਜਾਣੇ ਵੀ ਵਰਿੰਦਰਾ ਨੌਜਵਾਨਾਂ ਅੱਜ ਮੇਰੇ ਵੀਰੋ ਮੈਦਾਨ ਦੇ ਵਿੱਚ ਇੱਕ ਪਾਸੇ ਮੈਂ ਦੇਖਦਾ ਵੀ ਪਹਿਲੀ ਕਬੱਡੀ ਪਾਉਣ ਦੇ ਲਈ ਇਹ ਪੜਾਣੇ ਦੀ ਧਰਤੀ ਜਿੱਥੋਂ ਦਾ ਬੱਬੂ ਜਿੱਥੋਂ ਦਾ ਕੁਲਵਿੰਦਰ ਸਿੰਘ ਗਿਆਨੀ ਜਿੱਥੋਂ ਦਾ ਔ ਕੰਤਾ ਜਿੱਥੋਂ ਦਾ ਮਹਿਰੂਮ ਮੇਰੇ ਵੀਰੋ ਪੁੱਟੋ ਪਰ ਗੱਲ ਕਰਾਂਗਾ ਮੈਂ ਮੇਰੇ ਵੀਰੋ ਮਾਂ ਖੇਡ ਕਬੱਡੀ ਦੇ ਮਹਿਰੂਮਾਂ ਦੀ ਤਾਂ ਜ਼ਿੰਦਗੀ ਦਾ ਉਹ ਪਰਮ ਮਿੱਤਰ ਜਿੱਥੇ ਆਹ ਦੇਖ ਲੈ ਵੀ ਇੱਕ ਜੱਫਾ ਆਇਸ ਨੌਜਵਾਨ ਨੇ ਦਾਉਦਰ ਦੇ ਲਈ ਲਾ ਦਿੱਤਾ ਉੱਥੇ ਸਦਾ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਰਦਾ ਹੋਇਆ ਮੋਹਣਾ ਇਸ ਸੰਸਾਰ ਤੋਂ ਜਾ ਚੁੱਕਾ ਹੈ ਕਿ ਸਾਡੇ ਨੈਣਾਂ ਨੇ ਜੋ ਫੁੱਲਾਂ ਦਾ ਸੀ ਖਾਬ ਤੱਕਿਆ ਧੂੜ ਕੋਟਿਆ ਅੱਜ ਸਾਡੇ ਸੀਨੇ ਵਿੱਚ ਦੁੱਖ ਦਾ ਸਿਵਾ ਬਣ ਕੇ ਸਾਡੇ ਸੀਨੇ ਵਿੱਚ ਦੁੱਖ ਦਾ ਸਿਵਾ ਬਣ ਕੇ ਉਧਰਲੇ ਪਾਸੇ ਗੱਜਣ ਵਾਲੀਆ ਗਰਾਊਂਡ ਦੇ ਚੱਕਰ ਲਾ ਕੇ ਤੇ ਹੋਵੇਗਾ ਪਰ ਆਹ ਦੇਖਣਾ ਵੀ ਨਹਿਰੀ ਥਾਂ ਬੂਟਾ ਸਿੰਘ ਹੈ ਖਿਡਾਰੀ ਦਾ ਨਾਂ
एक बूटा बरियाले की धरती या पत्तो हीरे की धरती और यह बूटा मेरे वीरो अंक अपनी टीम के लिए जोड़ता होया धरती का चल नौजवान ए तो अगला जो मैच होगा चोला साहब ते चंदनामा चोला साहब ते चंदनामा यह टीम जिहड़ियां ग्राउंड दे विच पुज जाण सुखमन का पिंड है चोला साहब चंद नवा संत बाबा गुरदीप सिंह जी संत बाबा निशद्र सिंह जी चंद पुराने वाले उन्होंने नगर की गल हो जाए तो अगला जो मैच होगा वह चोला साहब ते चंद नवा उस तो अगे इंदगढ़ ए ते तलवंडी भाई इन्ह जो टीम के मुकाबले ने यह टीम अपने आप को तैयार करके ग्राउंड के वल आ जाए नहीं रीसा दाउदर की धरती पिरथी मेरे वीरो पुट्टो पढ़ाने वाले दे पिंड दे सजापी ने एवें नहीं कुलविंदर ज्ञानी ने कार्ड कढ़ी या बिहारीपुरी नाणे ने पुट्ठी की कार्ड कढ़ी अज अपने भाइयों की कार्ड दे उते चलते ने नौजवान एक जफा जिहड़ा होर ला दिता चल भाग ली कबड्डी मना कहते ने खेड कबड्डी की गल वखरी एक भाई मना सिंह सी लेखक और एक गुरु मना डे मना खेड कबड्डी के गल करेगा कि मना लंडिया की धरती का भी जाप एक अंक जरा मने के खाते पढ़ाने के हिस्से चल नाउ बेला दसदा भी जीते दे नाल मिलके बिंदर जी चाह दी चुस्कियां भी लै ला नाल सुन भी लै वे वीर के अज जरा वा मान सम्मान होगा तूतों वाले गुरजीत दा नाल मेरे जो सैदो वाले मखण दा और दौदर दी धरती दे वरिंदर दा जिहड़ा वड्डा सन्मान होवेगा आ नहीं रीसा चल नाउ जो ना के पंजाब राज बिजली बोर्ड दे करंट वांगू इक दे नाल वजन दी गल करदा होया इत्थे गल सुनी साडी स्टेज ते चल नाउ जो ना सिद्धू परिवार के जलंधर सिंह ने खेड कबड्डी एक मंदिर ने वक्री जी टौर बना दी कहें खड़ा के कबड्डी जगते अज कौडी वाले की टौर बनाती खड़ा के कबड्डी जगते एक अंक जरा मेरे जो खड़ारी के हिस्से जाता होया उधरले पासे मेरे लिए मेरे वे भाई साहब ने मेरे पिता के समान ने जिन्होंने पहली बार कनेडा का टूर लवाया सरदार जलंधर सिंह जी सिद्धू साहब छे तौर पर पुजे ने धन्यवाद करिए करता धरता ने बाबा फरीद इंटरनेशनल कबड्डी क्लब एडमिंटन के और पी एस सी एसोसिएशन अलवर्टा के जनरल सकत्र ने उधरले पासे मैं देखना है भी कबड्डी के महान तावी दाउदर की धरती के पिरथी अजमेर से एक जफा ला दिता है आओ देख लै कबड्डी पाउण दे लई आ गभरू जांदा होया रंग भावे गोरा गुंदवा शरीर सुनाउ जांदा खेड कबड्डी विच कहिंदे ने किहो जी गल करके दिखावेगा मठाड़ू बिल्डर्स जिम्मे कहिंदे ने इन्हां दे वड्डे सारे बैनर वाली साइड आ देखदा भी जाफी टुट के लगन की गल करदा होया बिंदर से कमाल हो गई है एवें नहीं मेरे वीरों माणिया तेरे पिंड दे खिडारी तो इक अंक चुक के लजांदा होया धावी जिम्मे कहिंदे ने पढ़ाने पिंड दा चल नौजवान बब्बू सी पढ़ाने पिंड दा खेड कबड्डी विच नाम सी हिंड दा बूटा सिंह टच मार अंकल जांदा है खेड कबड्डी विच जाफी हुण पछतांदा है हुण पछतांदा है अंक बूटे सिंह दे खातरे विच जांदा होया चल नौजवान पा कबड्डियां काला जिहड़ा गड्डी वाला वह जिथे भी साडे लंगर कमेटी वाले वीर ने उत्थे पहुंचे उन्हां कोले जिथे साडा लंगर चल रहा काला साडा वीर गड्डी वाला रेडर दा नाउ है गगन मैं देखदा भी बिंदर सिंह नाउ दे इस जाफी ने टुट के पैन की गल एक पासे दोनों गेटिया नू जकड़ बंद मार लिया दाउदर की धरती दे खिडारियां दी गल करिए 180 जिहड़े खेड मेले पिछले सीजनां दे विच खेडे और 120 जिहड़े अपने नाम कीते बल्ले बल्ले करवा दित्ती अज मैं देखदा भी उसे दाउदर की धरती दे खिडारी दी अगली कौडी मैदान दे विच पैंदी हुई हैलो जिहड़ा एक बुलेट है इधर साडा जिधरों गेट आ एंट्री वाला PB04X0094 ये जेडे भी वीर का है वह बुलेट को आ जाए PB04X0094 सो चल भी ना आइयो ना जिम्मे कहते ने चोटियां मिश्री वाले की धरती का बलविंदर सिंह बूटा मेरे वीरो लंगे आनी है या मेरे वीरो गुरजीत लंगे आनी है उन्होंने नाल दिलबाग सिंह और अमन लोपो सारे बुलारियों का वड्डा धन्यवाद करना मैं इतने पहुंच के जिन्होंने खूब रौनकों के नाल खूब जिहड़े इन्हां दर्शकों नूं कहिंदे ने रौनकों के वाध्यां दे विच खूब जिहड़ा रौचक कीता चल नाउ जो ना पा दे कबड्डियां इस तो अगला मैच चोला साहब
ते चंद नवें दा मिलिया उन्हां दोनों टीमों नूं आगाज करदे वी दोवें टीमां जिहड़ियां जल्दी ग्राउंड दे विच पुज जाण चोला साहिब ते चंद नवां इंदगढ़ ए ते जीतिया तलवंडी भाई दा मैच बिंदर सिंह ऐन कहिंदे ने वी साह रोक के देखण वाले मुकाबले ने तेरे पिंड दे विच एवें नहीं सरदार नरपैर सिंह नूं वधाइयां दे दे कि आह खेड मेला वड्डा हो गया नहीं रीसां लाओ जिन्हां तेरियां जिंदर वाले वीर जौंडियर ट्रैक्टर दे मगर पानी वाली टंकी पा ला ते ग्राउंड दे इक पासे थोड़ा जिहा चक्कर जरूर ला दे क्योंकि उड़दी हुई धूड़ दर्शकों के अखां दे विच पैंदी है दर्शकों के वल्लों थोड़ी जी कंप्लेट आ रही है धूड़ जिहड़ी ग्राउंड दे विच उड़न लग दित्ती है आओ सूरज देवता ने चल नौजवान दौदर की धरती का पिरथी प्यारा खेडदा कबड्डी आउंदा वखरा नजारा दौदर की धरती का पिरथी प्यारा खेडदा कबड्डी आउंदा वखरा नजारा दीप ते जग्गू आ जिहड़े उह लंगर कमेटी चले जाण दीप ते जग्गू लंगर कमेटी बहुत और तेरी गल तो याद आ गई है सुखचैन सिंह भी लंगर जिहड़ा अटुट वरत रहा है अटुट वरत रहा दर्शकों ने जिन्होंने भी छकना तो छक सकते हो संत जरनैल सिंह जी खालसा भिंडरा वाला के जद्दी नगर के अज जिहड़ा लंगर अटुट वरतदा होया हर दर्शकों के लिए उधरले पासे खेड कबड्डी मुढ़ तो ही जिंद जान पंजाबियों की उची करती यारो इसने शान पंजाबियों की विच मैदान दे भिड़दे ने सूरमे दलेर बई खेड कबड्डी दे बबर शेर बई खेड कबड्डी दे बबर शेर बई हांगकांग वाले अवतार से जिंदगी का परमेश्वर भाइयों के नाल बहुत प्यार करदा है इस मैच दे विचों केड़ी टीम जेतू है ओदी गल सुन लो पढ़ाने दे पॉइंट ने नौ ते दर्शको ताड़ियां मार दो साढ़े दस पॉइंट ने दाउदर दे दाउदर इस मैच दे विचों जेतू है चोला साहिब ते चंद नवां आजो ग्राउंड चुजी टीमां अज शाम नू जो इनामां दी वंड लई टीएसबी क्लब वालों जो शाम नू जेतू टीमों इनाम दिते जाने ने उन्हां दी वंड कर लई साढ़े सत्कारयोग बीबी परमजीत कौर जी गुलशन मैंबर पार्लीमेंट वो शाम नू पहुँच रहे हैं उन्हां दे नाल सरदार महेशिंदर सिंह जी निहाल सिंह वाला एम एल ए बाघा पुराणा सरदार तीर्थ सिंह जी माला जिला प्रधान श्रोमणी अकाली दल और सरदार जगतार सिंह जी राजियाणा हलका इंचार्ज वो सारे पतवंते सज्जन टीमां दी हौसला अफजाई लई उन्हां नूं इनाम मंडण लई अज शाम नूं इत्थे पहुँच रहे हैं टीएसबी क्लब वालों जिन्हें भी पतवंते सज्जन इत्थे आए ने और वख वख पिंडां तों नाल दे गुआंढी पिंडां तों पतवंते सज्जन सारिआं दा क्लब वालों बहुत बहुत धन्नवाद कीता जांदा है और स्टेज ते बैठे हुए कबड्डी दे पुराने खिडारी अपने समय दे सरदार दीप सिंह जी चेयरमैन साहब मास्टर आत्मा सिंह जी रोडे और साडे नाल दे पिंड डेमरू तो सरपंच साहब संघा साहब सरदार नछत्तर सिंह जी बोना सरदार परोपकार सिंह जी डरोली भाई और सरदार नछत्तर सिंह जी सरपंच और होर सारे पतवंते सज्जन जिन्हें भी आए ने सारिआं दा सरदार नरपैर सिंह वालों और क्लब वालों हार्दिक धन्नवाद किया जाता जी आया कहा जाता बहुत बहुत धन्यवाद संजीव कुमार बिट्टू जी जिहड़े साडे आईआं होईआं माणियोग शख्सियत दा धन्नवाद करदे होए नाल ही अगली माइक तो जिहड़ी गल दे लई साडा वीर अमन लोपो ग्राउंड दे विच पुज्जण जी अमन लोपो हांजी माइक ते उत्ते कौडियां पाउण दे लई अमन लोपो माइक ते उत्ते कौडियां पाउण दे लई साडे बहुत ही सत्कार दे योग वड्डे वीर अमन लोपो ए वी जिहड़े पुज्ज जाण चंद नवां ते चोला साहिब दा जिहड़ा मुकाबला शुरू होण लग्गिआ है के बिगल बजया कूच का हुक्म होया जड़े सूरमे सिंह दलेर मिया निकले पुत सरदारा दे शैल बंगे जिवें बेलो निकलदे हेर मिया अज मैं देखदा भी बबर शेरा दे जिवें कहंदे ने खेड मेले वीर जाल आला जिथे भी हो निक्की स्टेज कोले पहुंचे जाल आला वीर जिथे भी हैगा निक्की स्टेज कोले आ गए जाल आला माइक दे उत्ते अमन
हेलो टेंट वाला वीर जिथे भी कितने मेरी आवाज आता ना जो प्रबंधक है टेंट वाला वीर वो मेरे को आवे इतने स्टेज से बूटा टेंट वाला हेलो धन्यवाद है उस परमात्मा का जिन्हें मिट्टी के जिस्म नूं जान बख्शी कुछ सोचण दे लई दिमाग दिता ते कुछ बोलण दे लई जवान बख्शी एक वतन सानूं पंजाब दिता उतो वखरी सानूं पहचान बख्शी जिथे जाईदा लोग प्यार करदे ने उस वाहिगुरु ने इन्नी शान बख्शी बाबे नानक ने इन्नी